ਕੈਨੇਡਾ ਦੇ ਵਿੱਚ ਹੀ ਤੁਹਾਡੇ ਸਾਰੇ ਸੁਪਨੇ ਪੂਰੇ ਹੋ ਸਕਦੇ ਨੇ, ਇੰਡੀਆ ਦੇ ਵਿੱਚ ਰਹਿ ਕੇ ਤੁਹਾਡਾ ਕੁਛ ਵੀ ਸੁਪਨਾ ਪੂਰਾ ਨਹੀਂ ਹੋ ਸਕਦਾ। ਪਹਿਲੇ 6 ਮਹੀਨੇ ਤਾਂ ਮੇਰੇ ਇੱਦਾਂ ਲੰਘੇ ਕਿ ਜਿੱਦਾਂ ਕਿ ਮੈਂ ਕਿਸ ਨਵੀਂ ਦੁਨੀਆ 'ਤੇ ਆ ਗਿਆ। ਜਿਸ ਦਿਨ ਮੇਰੇ ਪਹਿਲੇ ਦਿਨ ਡਿਸ਼ ਵਾਸ਼ਿੰਗ ਕੀਤੀ, ਮੇਰੀ ਅੱਖਾਂ 'ਚੋਂ ਹੰਝੂ ਆ ਗਏ ਕਿ ਮੈਨੂੰ ਲੱਗਿਆ ਯਾਰ ਇਹ ਤਾਂ ਮੈਂ ਕੈਨੇਡਾ ਨਹੀਂ ਸੋਚ ਕੇ ਆਇਆ ਸੀਗਾ। ਸੁਬਹਾ ਉੱਠ ਕੇ ਕੰਮ 'ਤੇ ਗਏ ਐਂਡ ਸ਼ਾਮ ਨੂੰ ਘਰ ਆਏ ਐਂਡ ਫਿਰ ਸ਼ਾਮ ਨੂੰ ਰਾਤ ਦੀ ਸ਼ਿਫਟ ਲਾਈ ਐਂਡ ਫਿਰ ਸਵੇਰ ਨੂੰ। ਜਿੰਨੀਆਂ ਵਧੀਆ ਜੌਬਾਂ ਗੋਰੇ ਕਰਦੇ ਨੇ ਉੱਥੇ, ਪੰਜਾਬੀਆਂ ਦੇ ਪੱਲੇ ਇਕੱਲੀ ਲੇਬਰ ਜੌਬ ਆ। ਕੈਨੇਡਾ ਦੇ ਇੱਕ ਬ੍ਰਾਂਡ ਐਡਾ ਵੱਡਾ ਹੋ ਗਿਆ ਆ ਕਿ ਸਾਨੂੰ ਲੱਗਦਾ ਕਿ ਕੈਨੇਡਾ ਦੇ ਵਿੱਚ ਹੀ ਤੁਹਾਡੇ ਸਾਰੇ ਸੁਪਨੇ ਪੂਰੇ ਹੋ ਸਕਦੇ ਨੇ, ਇੰਡੀਆ ਦੇ ਵਿੱਚ ਰਹਿ ਕੇ ਤੁਹਾਡਾ ਕੁਛ ਵੀ ਸੁਪਨਾ ਪੂਰਾ ਨਹੀਂ ਹੋ ਸਕਦਾ। ਉਹ ਸੁਪਨੇ ਨੇ ਮੈਨੂੰ ਵੀ ਫੈਸੀਨੇਟ ਕੀਤਾ, ਇਸ ਖਾਤਰ ਮੇਰਾ ਵੀ ਇੱਕ ਡ੍ਰੀਮ ਬਣਿਆ ਕਿ ਹਾਂਜੀ ਮੈਂ ਵੀ ਕੈਨੇਡਾ ਜਾਊਂਗਾ, ਉੱਥੇ ਜਾ ਕੇ ਕਾਮਯਾਬ ਬੰਦਾ ਬਣੂੰਗਾ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗੁਰਕਿਰਤ ਸਿੰਘ। ਅੱਜ ਜੋਸ਼ ਟਾਕ 'ਤੇ ਮੈਂ ਆਪਣੇ ਬਾਰੇ ਤੁਹਾਨੂੰ ਦੱਸੂਗਾ ਜੋ ਵੀ ਮੇਰੀ ਲਾਈਫ 'ਚ ਇੰਸੀਡੈਂਟ ਹੋਏ। ਮੇਰੀ ਸਕੂਲਿੰਗ ਹੋਈ ਨਨਕਾਣਾ ਸਾਹਿਬ ਸਕੂਲ ਤੋਂ, ਉਸ ਤੋਂ ਬਾਅਦ ਮੈਂ LPU ਯੂਨੀਵਰਸਿਟੀ ਗਿਆ। LPU ਯੂਨੀਵਰਸਿਟੀ ਦੇ ਵਿੱਚ ਮੈਂ ਹੋਟਲ ਮੈਨੇਜਮੈਂਟ ਕੀਤੀ ਐਂਡ ਆਫਟਰ 2-3 ਈਅਰਸ ਮੈਨੂੰ ਉਹ ਵਿੱਚ ਡਰੋਪ ਕਰਨੀ ਪੈ ਗਈ ਕਿਸੇ ਰੀਜ਼ਨਸ ਖਾਤਰ। ਐਂਡ ਉਦੋਂ ਬਾਅਦ ਫਿਰ ਮੈਨੂੰ ਕਿਸੇ ਨੇ ਦੱਸਿਆ ਕਿ ਯਾਰ ਇੰਡੀਆ ਦੇ ਵਿੱਚ ਕੁਛ ਨਹੀਂ ਰੱਖਿਆ ਹੈਗਾ ਕਿ ਚਲੋ ਆਪਾਂ ਕੈਨੇਡਾ ਚੱਲਦੇ ਹਾਂ। ਪਰ ਮੇਰਾ ਉਦੋਂ ਵੀ ਕੋਈ ਸ਼ੋਰ ਨਹੀਂ ਸੀਗਾ ਕਿ ਮੈਂ ਕੈਨੇਡਾ ਜਾਣਾ ਜਾਂ ਇੰਡੀਆ ਦੇ ਵਿੱਚ ਰਹਿ ਕੇ ਕੁਛ ਕਰਨਾ ਵਾਂ। ਪਰ ਉਹਦੇ ਵਿੱਚ ਮੈਂ ਮਾਇੰਡ ਸੈਟਅਪ ਕੀਤਾ ਕਿ ਠੀਕ ਆ ਜੀ ਕੈਨੇਡਾ ਹੀ ਜਾਇਆ ਜਾਵੇ। ਸੋ ਉਹਦੇ ਲਈ ਮੈਂ ITI ਜੁਆਇਨ ਕੀਤੀ। ITI ਦੇ ਵਿੱਚ ਮੈਂ ਵੈਲਡਿੰਗ ਦਾ ਕੋਰਸ ਕੀਤਾ। ਵੈਲਡਿੰਗ ਦੇ ਵਿੱਚ 1 ਸਾਲ ਲਾਉਣ ਤੋਂ ਬਾਅਦ ਫਿਰ ਮੈਂ ਆਪਣੇ ਆਈਲੈਟਸ ਕੀਤੀ। ਆਈਲੈਟਸ ਦੇ ਵਿੱਚੋਂ 6.5 ਈਚ ਬੈਂਡ ਦੇ ਨਾਲ ਮੈਂ ਆਈਲੈਟਸ ਓਵਰਆਲ ਕੰਪਲੀਟ ਕੀਤੀ। ਨਵੰਬਰ 2021 ਦੇ ਵਿੱਚ ਮੇਰਾ ਫਾਈਨਲੀ ਵੀਜ਼ਾ ਆ ਗਿਆ। ਵੀਜ਼ਾ ਆਉਣ ਤੋਂ ਬਾਅਦ ਜਦੋਂ ਕਿ ਮੈਂ ਬਾਹਰ ਗਿਆ ਕੈਨੇਡਾ, ਪਹਿਲੇ 6 ਮਹੀਨੇ ਤਾਂ ਮੇਰੇ ਇੱਦਾਂ ਲੰਘੇ ਕਿ ਜਿੱਦਾਂ ਕਿ ਮੈਂ ਕਿਸ ਨਵੀਂ ਦੁਨੀਆ 'ਤੇ ਆ ਗਿਆ। ਹਕੀਕਤ ਦੇ ਵਿੱਚ ਪਹੁੰਚਣ 'ਤੇ ਮੈਨੂੰ ਉਦੋਂ ਅਹਿਸਾਸ ਹੋਇਆ ਜਦੋਂ ਕਿ ਉੱਥੇ ਦੀਆਂ ਨੋਰਮਲ ਲਾਈਫ ਸਟਾਰਟ ਹੋਈ, ਸ਼ਿਫਟਾਂ ਸ਼ੁਰੂ ਹੋਈਆਂ। ਸ਼ਿਫਟਾਂ ਦਾ ਮਤਲਬ ਇਹ ਹੈ ਜੀ ਕਿ ਤੁਸੀਂ ਸੁਬਹਾ ਉੱਠ ਕੇ ਕੰਮ 'ਤੇ ਗਏ ਐਂਡ ਸ਼ਾਮ ਨੂੰ ਘਰ ਆਏ ਐਂਡ ਫਿਰ ਸ਼ਾਮ ਨੂੰ ਰਾਤ ਦੀ ਸ਼ਿਫਟ ਲਾਈ ਐਂਡ ਫਿਰ ਸਵੇਰ ਨੂੰ ਘਰ ਆਏ। ਇੱਦਾਂ ਹੀ ਕਰਦੇ ਕਰਦੇ ਮੇਰਾ ਜੀ ਸਕੂਲਿੰਗ ਚੱਲਦੀ ਰਹੀ। ਉੱਥੇ ਡਿਪਲੋਮਾ ਸੀਗਾ ਮੇਰਾ ਕੰਪਿਊਟਰ ਸਾਇੰਸ ਦੇ ਵਿੱਚ, ਕਿਉਂਕਿ ਮੈਨੂੰ ਵੈਲਡਿੰਗ ਦੇ ਵਿੱਚ ਡਿਪਲੋਮਾ ਨਹੀਂ ਸੀ ਮਿਲਿਆ। ਅਤੇ ਕਿਉਂਕਿ ਇਹ ਵੀ ਇੱਕ ਵੱਡੀ ਚੀਜ਼ ਆ ਕਿ ਜਿਹੜੇ ਤੁਹਾਡੇ ਗਾਈਡ ਕਰਦੇ ਆ ਤੁਹਾਨੂੰ, ਇਮੀਗ੍ਰੇਸ਼ਨ ਕੰਸਲਟੈਂਟ, ਉਹਨਾਂ ਨੂੰ ਸਿਰਫ ਮਤਲਬ ਹੁੰਦਾ ਕਿ ਸਿਰਫ ਤੁਹਾਨੂੰ ਬਾਹਰ ਭੇਜਿਆ ਜਾਵੇ, ਕਿਉਂਕਿ ਉਹਨਾਂ ਨੂੰ ਪੈਸੇ ਮਿਲਦੇ ਆ ਤੁਹਾਡੀ ਫੀਸ ਦੇ ਵਿੱਚੋਂ, ਜਿਹੜਾ ਕਿ ਸਾਰਾ ਕੁਛ ਮੈਨੂੰ ਬਾਅਦ ਦੇ ਵਿੱਚ ਜਾ ਕੇ ਪਤਾ ਲੱਗਿਆ। ਤੋ ਕੰਪਿਊਟਰ ਸਾਇੰਸ ਦਾ ਡਿਪਲੋਮਾ ਜਦੋਂ ਮੈਂ ਸਟਾਰਟ ਕੀਤਾ, ਉਦੋਂ ਮੇਰਾ ਕਾਲਜ ਸੀਗਾ ਜੀ ਮੌਂਟਰੀਅਲ ਐਂਡ ਮੈਂ ਬਰੈਂਪਟਨ ਰਹਿੰਦਾ ਸੀਗਾ। ਬਰੈਂਪਟਨ ਦੇ ਵਿੱਚ ਮੈਂ ਇੱਕ ਪੀਜ਼ਾ ਸ਼ੋਪ 'ਤੇ ਸਭ ਤੋਂ ਪਹਿਲੀ ਮੇਰੀ ਕੰਮ ਮੈਂ ਸ਼ੁਰੂ ਕੀਤੀ, ਜਿਹਦੇ ਵਿੱਚ ਕਿ ਉਹਨਾਂ ਨੇ ਮੈਨੂੰ ਡਿਸ਼ ਵਾਸ਼ਿੰਗ ਦਾ ਕੰਮ ਦਿੱਤਾ। ਜਿਸ ਦਿਨ ਮੇਰੇ ਪਹਿਲੇ ਦਿਨ ਡਿਸ਼ ਵਾਸ਼ਿੰਗ ਕੀਤੀ, ਮੇਰੀ ਅੱਖਾਂ 'ਚੋਂ ਹੰਝੂ ਆ ਗਏ ਕਿ ਮੈਨੂੰ ਲੱਗਿਆ ਯਾਰ ਇਹ ਤਾਂ ਮੈਂ ਕੈਨੇਡਾ ਨਹੀਂ ਸੋਚ ਕੇ ਆਇਆ ਸੀਗਾ। ਜੋ ਕੈਨੇਡਾ ਅਸੀਂ TV 'ਚ ਦੇਖਦੇ ਹਾਂ, ਲੋਕਾਂ ਦੇ ਰੀਲਾਂ 'ਤੇ ਦੇਖਦੇ ਹਾਂ, ਇੰਸਟਾਗ੍ਰਾਮ 'ਤੇ ਦੇਖਦੇ ਹਾਂ, ਇਹ ਉਹ ਕੈਨੇਡਾ ਨਾਲੋਂ ਬਿਲਕੁਲ ਅੱਡ ਕੈਨੇਡਾ ਸੀਗਾ, ਜੋ ਕਿ ਉੱਥੇ ਦੀ ਇੱਕ ਕੌੜੀ ਸੱਚਾਈ ਵੀ ਆ। ਐਂਡ ਫਾਈਨਲੀ ਜਦੋਂ ਡਿਸ਼ ਵਾਸ਼ਿੰਗ ਤੋਂ ਬਾਅਦ ਉਹਨਾਂ ਨੇ ਮੈਨੂੰ ਪੀਜ਼ਾ ਬਣਾਉਣਾ ਦੱਸਿਆ, ਸੋ ਮੈਂ ਔਰਮੋਸਟ 4 ਮਹੀਨੇ ਦੇ ਲਈ ਮੈਂ ਉੱਥੇ ਪੀਜ਼ਾ ਬਣਾਏ। ਲੇਕਿਨ ਉਦੋਂ ਬਾਅਦ ਸਾਡਾ ਜਿਹੜਾ ਕਾਲਜ ਸੀਗਾ ਉਹਦੇ ਡੇਜ਼ ਵੱਧ ਗਏ ਸੀਗੇ, ਮੈਨੂੰ ਜ਼ਿਆਦਾ ਦਿਨ ਮੌਂਟਰੀਅਲ ਅਪ ਡਾਊਨ ਕਰਨਾ ਪੈਂਦਾ ਸੀਗਾ, ਜਿਹਦੀ ਖਾਤਰ ਮੈਨੂੰ ਮੌਂਟਰੀਅਲ ਮੂਵ ਹੋਣਾ ਪੈ ਗਿਆ। ਮੌਂਟਰੀਅਲ ਦੇ ਵਿੱਚ ਰਹਿੰਦੇ ਰਹਿੰਦੇ ਉਸ ਤੋਂ ਪਹਿਲਾਂ ਜਾ ਕੇ ਮੈਂ ਸ਼ੁਰੂ ਕੀਤਾ ਜੀ ਕੰਮ ਸ਼ੈੱਫ ਦੇ ਨਾਲ, ਅਸਿਸਟੈਂਟ ਸ਼ੈੱਫ ਦਾ, ਜਿਹਦਾ ਕਿ ਕੰਮ ਹੁੰਦਾ ਸੀਗਾ ਕਿਚਨ ਦੇ ਵਿੱਚੋਂ ਸਮਾਨ ਲਿਆ ਕੇ ਦੇਣਾ, ਉਹਨੂੰ ਹੈਲਪ ਕਰਨੀ ਸ਼ੈੱਫ ਦੀ, ਸਾਰਾ ਕੁਛ ਕਰਨਾ। ਐਂਡ ਮੈਂ ਸਵੇਰੇ ਕਾਲਜ ਲਾਉਣਾ, ਸ਼ਾਮ ਨੂੰ ਉੱਥੇ ਕੰਮ ਕਰਨਾ, ਕਈ ਵਾਰ ਰਾਤ ਨੂੰ ਵੀ ਮੈਂ ਸ਼ਿਫਟਾਂ ਲਾ ਕੇ ਆਉਣੀਆਂ ਜੀ। ਐਂਡ ਇੱਦਾਂ ਹੀ ਸ਼ਿਫਟਾਂ ਲਾਉਂਦੇ ਲਾਉਂਦੇ ਜਦੋਂ ਮੇਰਾ ਕਈ ਸਮਾਂ ਲੰਘ ਗਿਆ, ਆਲਮੋਸਟ ਮੇਰੀ ਸਟੱਡੀ ਵੀ ਕੰਪਲੀਟ ਹੋ ਗਈ, ਔਖੇ ਸੌਖੇ ਮੈਂ ਫੀਸ ਵੀ ਕੱਢੀ, ਕਿਉਂਕਿ ਫੀਸ ਜ਼ਿਆਦਾ ਹੋਣ ਦੇ ਕਾਰਨ ਸਟੂਡੈਂਟਸ ਨੂੰ ਕੰਮ ਜ਼ਿਆਦਾ ਕਰਨਾ ਪੈਂਦਾ ਵਾ, ਜਿਹਦੇ ਖਾਤਰ ਕਿ ਉਹਨਾਂ ਦੀ ਸਿਹਤ 'ਤੇ ਵੀ ਬਹੁਤ ਅਸਰ ਪੈਂਦਾ, ਉਹੀ ਸਿਹਤ ਦਾ ਅਸਰ ਮੇਰੇ 'ਤੇ ਵੀ ਪਿਆ, ਜਿਹਦੀ ਖਾਤਰ ਮੈਨੂੰ ਕੁਛ ਕੁ ਦਿਨ ਇੱਕ ਹੋਸਪਿਟਲ ਦੇ ਵਿੱਚ ਦਾਖਲ ਵੀ ਰਹਿਣਾ ਰਿਹਾ। ਐਂਡ ਉਹ ਡਿਪਰੈਸ਼ਨ ਦਾ ਕਾਰਨ ਮੇਨ ਸੀਗਾ ਕਿ ਹੋਮ ਸਿਕਨੈਸ ਦੇ ਨਾਲ ਨਾਲ ਇਹ ਸੀਗਾ ਕਿ ਉੱਥੇ ਇਕੱਲੇ ਰਹਿਣਾ, ਆਪਣੀ ਕਮਿਊਨਿਟੀ ਤੋਂ ਦੂਰ ਰਹਿਣਾ, ਆਪਣੇ ਸਾਰੇ ਰਿਸ਼ਤੇਦਾਰਾਂ ਤੋਂ ਦੂਰ ਰਹਿਣਾ, ਆਪਣੇ ਦੋਸਤਾਂ ਤੋਂ, ਯਾਰਾਂ ਦੋਸਤਾਂ ਤੋਂ, ਸਾਰਿਆਂ ਤੋਂ ਦੂਰ ਰਹਿਣਾ। ਐਂਡ ਮੌਂਟਰੀਅਲ ਦੇ ਵਿੱਚ ਰਹਿ ਕੇ ਜੀ ਮੈਂ ਇੱਕ ਚੀਜ਼ ਦੇਖੀ ਕਿ ਸਾਰੇ ਲੋਕ ਉੱਥੇ ਫਰੈਂਚ ਬੋਲਦੇ ਆ, ਐਂਡ ਜਿੰਨੇ ਵੀ ਸਟੂਡੈਂਟਸ ਉੱਥੇ ਸਟੱਡੀ ਕੰਪਲੀਟ ਕਰ ਚੁੱਕੇ ਸੀਗੇ, ਉਹ ਸਟੱਡੀ ਕੰਪਲੀਟ ਕਰਨ ਤੋਂ ਬਾਅਦ ਦੁਬਾਰੇ ਬਰੈਂਪਟਨ ਭੱਜਦੇ ਨੇ। ਮੈਂ ਹੁਣ ਇਹ ਜਾਣਨਾ ਚਾਹੁੰਦਾ ਜੀ ਬਰੈਂਪਟਨ ਕਿਉਂ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸਾਡਾ ਇੱਕ ਕਲਚਰ ਉੱਥੇ ਜੁੜਿਆ ਹੋਇਆ ਵਾ,
ਕਲਚਰ ਜੁੜਿਆ ਹੋਣ ਦੇ ਖਾਤਰ ਉਹ ਬਰੈਂਪਟਨ ਦੁਬਾਰੇ ਜਾ ਕੇ ਆਪਣੇ ਲੋਕਾਂ 'ਚ ਰਹਿਣਾ ਪਸੰਦ ਕਰਦੇ ਆ। ਮੈਂ ਮੋਂਟਰੀਅਲ ਰਹੀ ਗਿਆ, ਇਕੱਲਾ ਹੋ ਗਿਆ, ਮੇਰੇ ਕਲਾਸ ਦੇ ਜਿੰਨੇ ਵੀ ਸਟੂਡੈਂਟ ਸੀਗੇ ਉਹਨਾਂ ਨੇ ਪੜ੍ਹਾਈ ਕੰਪਲੀਟ ਕੀਤੀ ਐਂਡ ਉਹ ਵਾਪਸ ਬਰੈਂਪਟਨ ਚਲੇ ਗਏ, ਲੇਕਿਨ ਮੈਂ ਮੋਂਟਰੀਅਲ ਹੀ ਰਿਹਾ। ਉੱਥੇ ਫਿਰ ਮੈਂ ਇੱਕ ਐਮਾਜ਼ੋਨ ਦੇ ਵਿੱਚ ਜੋਬ ਸ਼ੁਰੂ ਕੀਤੀ ਪਾਰਟ ਟਾਈਮ, ਐਂਡ ਮੈਂ ਸੈਟਰਡੇ ਸੰਡੇ ਇੱਕ ਫੈਕਟਰੀ ਦੇ ਵਿੱਚ, ਫਰੂਟ ਦੀ ਉਹ ਫੈਕਟਰੀ ਸੀਗੀ, ਉੱਥੇ ਮੈਂ ਸ਼ਿਫਟਾਂ ਲਾਉਂਦਾ ਰਿਹਾ। ਇਹ ਸ਼ਿਫਟਾਂ ਲਾਉਂਦੇ ਲਾਉਂਦੇ ਮੈਂ ਥੋੜ੍ਹੇ ਬਹੁਤੇ ਪੈਸੇ ਘਰ ਵੀ ਭੇਜੇ, ਕੁਛ ਕੁ ਮੈਂ ਆਪਣੇ ਉੱਥੇ ਖਰਾਬ ਵੀ ਕੀਤੇ, ਕਿਉਂਕਿ ਜਿੱਦਾਂ ਮੈਂ ਸਾਰਿਆਂ ਨੂੰ ਦੇਖਦਾ ਸੀ ਇੱਕ ਚੰਗੇ ਬ੍ਰੈਂਡ ਪਾਉਣੇ, ਚੰਗੀਆਂ ਜਗ੍ਹਾ 'ਤੇ ਆਉਣਾ ਜਾਣਾ ਖਾਣਾ ਪੀਣਾ, ਉਹ ਮੈਂ ਸਾਰੇ ਆਪਣੇ ਸ਼ੌਂਕ ਪੂਰੇ ਕੀਤੇ, ਪਰ ਮੈਨੂੰ ਕੋਈ ਵੀ ਚੀਜ਼ ਉਹ ਮਨ ਦੀ ਸ਼ਾਂਤੀ ਨਹੀਂ ਸੀ ਦੇ ਰਹੀ ਜੋ ਕਿ ਮੈਂ ਸੋਚਦਾ ਸੀਗਾ ਕਿ ਮੈਨੂੰ ਕੈਨੇਡਾ ਆ ਕੇ ਮਿਲ ਜਾਊਗੀ। ਮੈਨੂੰ ਲੱਗਦਾ ਸੀਗਾ ਕਿ ਕੈਨੇਡਾ ਜਾ ਕੇ ਮੇਰੇ ਮਨ ਦੇ ਅੰਦਰ ਜਿੰਨੇ ਵੀ ਸਵਾਲ ਜਵਾਬ ਨੇ ਉਹ ਸਾਰੇ ਸ਼ਾਂਤ ਹੋ ਜਾਣਗੇ। ਸੋ ਫਾਈਨਲੀ ਉੱਥੇ ਵਰਕ ਪਰਮਿਟ 'ਤੇ ਹੋਣ ਤੋਂ ਬਾਅਦ ਮੈਨੂੰ ਤਕਰੀਬਨ 1 ਸਾਲ ਹੋ ਗਿਆ ਸੀਗਾ। 1 ਸਾਲ ਤੋਂ ਬਾਅਦ ਮੈਂ ਇਹ ਡਿਸੀਜਨ ਕੀਤਾ ਕਿ ਮੈਨੂੰ ਹੁਣ ਮੁੜ ਜਾਣਾ ਚਾਹੀਦਾ ਹੈ। ਮੈਨੂੰ ਮੇਰੇ ਰਿਸ਼ਤੇਦਾਰਾਂ ਨੇ ਵੀ ਬਹੁਤ ਜ਼ਿਆਦਾ ਰੋਕਿਆ ਕਿ ਨਹੀਂ ਯਾਰ ਤੂੰ ਵਾਪਸ ਨਾ ਆ ਜਾ, ਐਟਲੀਸਟ ਤੂੰ PR ਲੈ ਕੇ ਆ, ਬਿਨਾਂ PR ਤੋਂ ਤੂੰ ਵਾਪਸ ਨਾ ਜਾ। ਪਰ ਮੇਰਾ ਸੋਚਣਾ ਇਹੀ ਸੀਗਾ ਕਿ ਅਗਰ PR ਲੈਣ ਤੋਂ ਬਾਅਦ ਵੀ ਮੈਂ ਵਾਪਸ ਹੀ ਜਾਣਾ ਵਾਂ, ਸੋ ਮੈਂ ਵੇਟ ਕਿਉਂ ਕਰਨੀ ਆ, ਮੈਂ ਇੱਥੇ ਹੋਰ ਜ਼ਿਆਦਾ ਟਾਈਮ ਕਿਉਂ ਇੰਤਜ਼ਾਰ ਕਰਨਾ ਵਾਂ। ਸੋ ਮੈਂ ਫਾਈਨਲੀ ਉਹ ਦਿਨ ਬਣਾਇਆ ਐਂਡ ਘਰਦਿਆਂ ਨਾਲ ਗੱਲ ਕੀਤੀ, ਘਰਦਿਆਂ ਨੂੰ ਦੱਸਿਆ ਕਿ ਹਾਂਜੀ ਮੈਂ ਵਾਪਸ ਆ ਰਿਹਾ ਵਾਂ, ਕਿ ਮੈਂ ਕੈਨੇਡਾ ਫਾਈਨਲੀ ਮਤਲਬ ਕਿ ਪੱਕੇ ਤੌਰ 'ਤੇ ਛੱਡ ਕੇ ਆ ਰਿਹਾ ਵਾਂ। ਉਹਨਾਂ ਨੇ ਵੀ ਕਿਹਾ ਕਿ ਨਹੀਂ ਯਾਰ ਤੂੰ ਐਟਲੀਸਟ PR ਲੈ ਕੇ ਆ। ਲੇਕਿਨ ਮੈਨੂੰ ਇੱਕ ਸਵਾਲ ਅੰਦਰੋਂ ਅੰਦਰ ਹੀ ਖਾਈ ਜਾਂਦਾ ਸੀਗਾ, ਅਗਰ ਆਪਾਂ ਸਾਰੇ ਲੋਕ ਹੀ ਬਾਹਰ ਰਹੀ ਜਾਵਾਂਗੇ ਤਾਂ ਸਾਡੇ ਪੰਜਾਬ ਦੇ ਵਿੱਚ ਕੌਣ ਸਾਡਾ ਰਹੂਗਾ। ਕੁੱਲ ਮਿਲਾ ਕੇ ਕੈਨੇਡਾ ਦੇ ਵਿੱਚ ਇੱਕੋ ਹੀ ਦੋ ਚੀਜ਼ਾਂ ਮੈਂ ਦੇਖੀਆਂ ਜੋ ਲੋਕਾਂ ਨੇ ਪ੍ਰਾਪਤ ਕੀਤੀਆਂ ਪੂਰੇ ਹੋਲ ਲਾਈਫ ਦੇ ਵਿੱਚ, ਇੱਕ ਉਹਨਾਂ ਦਾ ਘਰ ਅਤੇ ਇੱਕ ਕਾਰ। ਇੱਕ ਘਰ ਉਹਨਾਂ ਦਾ ਆਪਣਾ ਹੋ ਪਾਉਂਦਾ ਆ, ਅਗਰ ਉਹ ਵੀ ਪੂਰੀ ਲਾਈਫ ਟਾਈਮ ਮਿਹਨਤ ਕਰਦੇ ਆ ਤਾਂ ਜਾ ਕੇ ਕਿਤੇ ਉਹ ਫ੍ਰੀ ਕਰ ਪਾਉਂਦੇ ਆ, ਐਂਡ ਇੱਕ ਉਹਨਾਂ ਦੀ ਕਾਰ ਹੁੰਦੀ ਆ। ਅਦਰਵਾਈਜ਼ ਉਹਨਾਂ ਨੂੰ ਰਹਿੰਦਾ ਆ ਕਿ ਯਾਰ ਮੈਂ ਸ਼ਿਫਟ ਲਾ ਲਾਂ, ਮੇਰੀ ਕਾਰ ਦੀ ਕਿਸ਼ਤ ਆਜੂਗੀ, ਮੇਰੇ ਘਰ ਦੀ ਮੌਰਗੇਜ ਆਜੂਗੀ। ਅਗਰ ਆਪਾਂ ਮਿਹਨਤ ਦੀ ਗੱਲ ਕਰੀਏ, ਮਿਹਨਤ ਬਹੁਤ ਜ਼ਿਆਦਾ ਆ ਐਜ਼ ਕੰਪੇਅਰ ਟੂ ਪੰਜਾਬ। ਮਿਹਨਤ ਇੱਦਾਂ ਆ ਕਿ ਪਹਿਲਾਂ ਤਾਂ ਤੁਸੀਂ ਆਪਣੀ ਖੁਦ ਦੀ ਟੇਕ ਕੇਅਰ ਕਰਨੀ ਆ, ਆਪਣੇ ਕੱਪੜਾ ਲੀੜਾ ਰੋਟੀ ਪਾਣੀ ਦਾ ਖਿਆਲ ਤੁਸੀਂ ਖੁਦ ਰੱਖਣਾ ਆ, ਆਪਣੇ ਰੈਂਟ ਦਾ ਤੁਸੀਂ ਖੁਦ ਪੇ ਕਰਨਾ, ਐਂਡ ਸਾਰੀਆਂ ਚੀਜ਼ਾਂ ਤੁਹਾਨੂੰ ਖੁਦ ਕਰਨੀਆਂ ਪੈਣੀਆਂ। ਜਦੋਂ ਤੁਹਾਡੀ ਲਾਈਫ 'ਚ ਇੱਕ ਕਾਰ ਤੁਸੀਂ ਐਂਟਰ ਕਰ ਲੈਂਦੇ ਹੋ ਕਿ ਯਾਰ ਮੈਂ ਗੱਡੀ ਲੈਣੀ ਆ, ਗੱਡੀ ਦੀਆਂ ਕਿਸ਼ਤਾਂ ਵੱਧ ਜਾਂਦੀਆਂ ਨੇ। ਹੁਣ ਸਭ ਤੋਂ ਜ਼ਿਆਦਾ ਆਪਣੇ ਪ੍ਰਚਲਿਤ ਹੈਗਾ ਕਿ ਸਾਰੇ ਲੋਕ ਉੱਥੇ ਜਾ ਕੇ ਟਰਾਲਾ ਚਲਾਉਣਾ ਚਾਹੁੰਦੇ ਆ, ਕਿ ਟਰਾਲੇ ਨੂੰ ਈਜ਼ੀ ਜੋਬ ਮੰਨਦੇ ਆ ਕਿ ਯਾਰ ਸੌਖੀ ਆ ਕਿ ਮੈਂ ਟਰਾਲਾ ਚਲਾਊਂਗਾ, ਮੈਨੂੰ ਜ਼ਿਆਦਾ ਪੈਸੇ ਬਣਨਗੇ ਐਜ਼ ਕੰਪੇਅਰ ਟੂ ਅਦਰ ਪ੍ਰੋਫੈਸ਼ਨਸ, ਕਿ ਮੈਨੂੰ ਟਰਾਲੇ ਦੇ ਵਿੱਚ ਜ਼ਿਆਦਾ ਪੈਸੇ ਬਣਨਗੇ। ਪਰ ਟਰਾਲੇ ਦਾ ਵੀ ਇੱਦਾਂ ਆ ਕਿ ਅਗਰ ਉਹ ਸਨੋਅ ਦੇ ਵਿੱਚ ਟਰਾਲਾ ਚੱਲਦਾ ਵਾ, 100+ ਸਪੀਡ 'ਤੇ ਟਰਾਲਾ ਚੱਲਦਾ ਵਾ, ਉਹ ਤੁਹਾਨੂੰ ਮੌਤ ਦੇ ਇੱਕ ਤਰ੍ਹਾਂ ਦੇ ਤੁਸੀਂ ਮੂੰਹ 'ਤੇ ਬੈਠੇ ਹੋ, ਤੁਹਾਡਾ ਕਿਸੇ ਵੀ ਟਾਈਮ ਐਕਸੀਡੈਂਟ ਹੋ ਸਕਦਾ ਵਾ, ਇਸ ਲਈ ਉਹ ਤੁਹਾਨੂੰ ਪੇ ਕਰਦੇ ਆ। ਕਦੇ ਵੀ ਗੋਰਿਆਂ ਨੂੰ ਪਾਗਲ ਨਾ ਸਮਝੋ ਕਿ ਉਹ ਅਸੀਂ ਹੱਸ ਕੇ ਤੁਹਾਨੂੰ ਵੀਜ਼ਾ ਦੇ ਰਹੇ ਆ ਗੋਰੇ, ਐਂਡ ਤੁਸੀਂ ਉੱਥੇ ਜਾ ਕੇ ਕਾਮਯਾਬ ਹੋ ਰਹੇ ਹੋ। ਗੋਰਿਆਂ ਨੂੰ ਵੀ ਪਤਾ ਕਿ ਉਹ ਆਪਣੀ ਜਾਨ ਜੋਖਿਮ ਦੇ ਵਿੱਚ ਨਹੀਂ ਪਾਉਣਾ ਚਾਹੁੰਦੇ, ਇਸ ਕਰਕੇ ਉਹ ਤੁਹਾਨੂੰ ਟਰਾਲੇ ਦੇ ਉੱਤੇ ਬਿਠਾ ਕੇ ਤੁਹਾਡੀ ਜਾਨ ਨਾਲ ਖੇਡਦੇ ਨੇ। ਉਹ ਆਪ ਤਾਂ ਘਰਾਂ ਦੇ ਵਿੱਚ ਬੈਠੇ ਨੇ, ਔਲਰੇਡੀ ਉਹਨਾਂ ਦੇ ਬਿਜ਼ਨਸ ਵੀ ਸੈੱਟ ਨੇ, ਜਿੰਨੀਆਂ ਵਧੀਆ ਜੋਬਾਂ ਗੋਰੇ ਕਰਦੇ ਨੇ ਉੱਥੇ। ਪੰਜਾਬੀਆਂ ਦੇ ਪੱਲੇ ਇਕੱਲੀ ਲੇਬਰ ਜੋਬ ਆ, ਲੇਬਰ ਜੋਬ। ਤੁਸੀਂ ਕਦੇ ਟਿਮ ਹੋਟਲਸ 'ਤੇ ਕੰਮ ਕਰ ਰਹੇ ਹੋ, ਕਿਸੇ ਵੀ ਤੁਸੀਂ ਸਟੋਰ 'ਤੇ ਕੰਮ ਕਰ ਰਹੇ ਹੋ, ਉਹ ਇੱਕ ਲੇਬਰ ਜੋਬ ਆ। ਜਿੰਨੇ ਵੀ ਪ੍ਰੋਫੈਸ਼ਨਲ ਜੋਬਾਂ ਨੇ ਉਹ ਅੱਜ ਵੀ ਗੋਰੇ ਹੀ ਕਰ ਰਹੇ ਨੇ। ਗੱਲ ਉਹੀ ਆ ਕਿ ਜੇ ਆਪਾਂ ਉਹੀ ਸਮਾਂ ਅਤੇ ਪੈਸਾ ਆਪਣੇ 'ਤੇ ਇਨਵੈਸਟ ਕਰੀਏ ਪੰਜਾਬ ਦੇ ਵਿੱਚ ਰਹਿ ਕੇ, ਕੀ ਅਸੀਂ ਸਰਕਾਰੀ ਡਿਪਾਰਟਮੈਂਟਾਂ ਦੇ ਵਿੱਚ ਨਹੀਂ ਜੋਬਾਂ ਕਰ ਸਕਦੇ? ਕੀ ਅਸੀਂ ਇੱਥੇ ਬਿਜ਼ਨਸ ਨਹੀਂ ਸੈੱਟ ਕਰ ਸਕਦੇ? ਮੇਰੀ ਇੱਕ ਛੋਟੀ ਜਿਹੀ ਇਗਜ਼ੈਂਪਲ ਆ, ਤੁਸੀਂ ਦੇਖ ਲਓ। ਮੇਰੇ ਲਈ ਵੀ ਉਹ ਸੌਖਾ ਨਹੀਂ ਸੀਗਾ ਕਿ ਉੱਥੋਂ ਮੁੜ ਕੇ ਆਉਣਾ, ਕਿਉਂਕਿ ਮੈਂ ਵੀ ਬਹੁਤ ਪੈਸਾ ਲਾ ਕੇ ਗਿਆ ਸੀਗਾ। ਮੇਰੇ ਕੋਲ ਇੱਕ ਕਾਰ ਸੀਗੀ, ਇੱਕ ਬੁਲਟ ਸੀ, ਮੈਂ ਉਹ ਵੇਚ ਕੇ ਉੱਥੇ ਜਾ ਕੇ ਇਨਵੈਸਟ ਕੀਤਾ, ਕਿਉਂਕਿ ਮੈਨੂੰ ਲੱਗਦਾ ਸੀ ਕਿ ਉਹ ਇੱਕ ਇਨਵੈਸਟਮੈਂਟ ਆ, ਕਿ ਉੱਥੇ ਜਾ ਕੇ ਮੈਂ ਪੈਸੇ ਵਾਪਸ ਕਰ ਲੂੰਗਾ। ਪਰ ਉਹ ਪੈਸੇ ਵਾਪਸ ਕਰਨਾ ਸੌਖਾ ਨਹੀਂ ਹੈਗਾ, ਤੁਹਾਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਆ, ਤੁਹਾਨੂੰ ਰਾਤਾਂ ਦੀ ਨੀਂਦ ਹਰਾਮ ਕਰਨੀ ਪੈਂਦੀ ਆ। ਅੱਜ ਆਪਾਂ ਦੇਖਦੇ ਹਾਂ ਕਈ ਜਵਾਕਾਂ ਨੂੰ ਹਾਰਟ ਅਟੈਕ ਆਉਂਦੇ ਨੇ। ਹਾਰਟ ਅਟੈਕ ਆਉਣ ਦਾ ਕਾਰਨ ਵੀ ਇਹ ਆ ਕਿ ਉਹ ਡਾਇਟ ਨਹੀਂ ਪੂਰੀ ਲੈਂਦੇ, ਨੀਂਦ ਨਹੀਂ ਪੂਰੀ ਲੈਂਦੇ, ਐਂਡ ਉਹ ਜ਼ਿਆਦਾ ਓਵਰ ਟਾਈਮ ਲਾ ਕੇ ਸ਼ਿਫਟਾਂ ਲਾਉਂਦੇ, ਇਸ ਕਰਕੇ ਉਹਨਾਂ ਨੂੰ ਹਾਰਟ ਅਟੈਕ ਹੁੰਦਾ। ਬਹੁਤ ਸਾਰੇ ਇੱਦਾਂ ਦੇ ਬਿਜ਼ਨਸ ਨੇ ਜੋ ਆਪਾਂ ਨੇ ਅੱਖਾਂ ਤੋਂ ਦੂਰ ਨੇ। ਉੱਥੇ ਜਾ ਕੇ ਕੀ ਹੁੰਦਾ, ਕਿੱਦਾਂ ਆਪਾਂ ਦੇਖਦੇ ਹਾਂ ਕਿ ਉਹ ਅਮੀਰ ਬਣ ਗਏ ਜੀ, ਉਤਰੇ ਆ ਕੇ ਪੈਸਾ ਬਹੁਤ ਆ, ਉਹ ਸਾਰਾ ਕੁਝ ਸਿਸਟਮ ਦੇ ਅਕੋਰਡਿੰਗ ਚੱਲਦਾ। ਸਭ ਤੋਂ ਪਹਿਲੀ ਬੰਦਾ ਜਦੋਂ ਜਾਂਦਾ ਸਟੂਡੈਂਟ ਦੇ ਵਿੱਚੋਂ, ਟੈਕਸ ਭਰਨਾ ਸਟਾਰਟ ਕਰਦਾ, ਟੈਕਸ ਭਰਨਾ ਸਟਾਰਟ ਕਰਦਾ, ਸਭ ਤੋਂ ਪਹਿਲਾਂ ਫੋਨ ਲੈਂਦਾ, ਕਾਰ ਲੈਂਦਾ, ਉਦੋਂ ਉਹਦਾ ਸਿਬਲ ਸਕੋਰ ਇਨਕਰੀਜ਼ ਉੱਦਾਂ ਜਾਂਦਾ। ਫਿਰ ਉਹਨੂੰ ਬੈਂਕ ਲੋਨ ਦਿੰਦੀ ਆ, ਲੋਨ ਦਿੰਦੀ ਆ, ਲੋਨ ਦੇ ਨਾਲ ਉਹ ਕੋਈ ਨਾ ਕੋਈ ਬਿਜ਼ਨਸ ਖਰੀਦਦਾ, ਕੋਈ ਰੈਸਟੋਰੈਂਟ ਖਰੀਦ ਲਿਆ, ਕਿਸੇ ਨੇ ਟਰੱਕ ਪਾ ਲਿਆ, ਇੱਕ ਟਰੱਕ ਤੋਂ ਦੋ ਟਰੱਕ ਲੈ ਲਏ,
ਉਹਨਾਂ ਦਾ ਆਪਦਾ ਕੁਛ ਨਹੀਂ, ਉਹ ਬੈਂਕ ਹੀ ਉਹਨਾਂ ਦੀ ਹੈਲਪ ਕਰਦਾ ਵਾ ਗਰੋ ਕਰਨ ਲਈ, ਜੋ ਕਿ ਇੰਡੀਆ ਦੇ ਵਿੱਚ ਆਲਰੇਡੀ ਲੋਕ ਕਰ ਰਹੇ ਨੇ। ਗੱਲ ਕੀ ਆ, ਆਪਾਂ ਨੂੰ ਲੱਗਦਾ ਯਾਰ ਉਹਨਾਂ ਕੋਲ ਪੈਸਾ ਅਤੇ ਹੋਰ ਅਮੀਰ ਹੋਈ ਜਾਂਦੇ ਨੇ, ਉਹਨਾਂ ਨੂੰ ਪਤਾ ਵਾ ਕਿ ਪੈਸੇ ਨਾਲ ਖੇਡਣਾ ਕਿੱਦਾਂ, ਬੈਂਕਾਂ ਨਾਲ ਕਿੱਦਾਂ ਡੀਲ ਕਰਨੀ ਹੈ, ਜੋ ਕਿ ਤੁਸੀਂ ਕੈਨੇਡਾ ਜਾ ਕੇ ਕਰਦੇ ਹੋ। ਤੁਸੀਂ ਬੈਂਕਾਂ ਤੋਂ ਲੋਨ ਲੈਂਦੇ ਹੋ, ਘਰ ਲਈ ਲੈਂਦੇ ਹੋ, ਬਿਜ਼ਨਸ ਲਈ ਲੈਂਦੇ ਹੋ, ਐਂਡ ਉਹੀ ਪੈਸੇ ਦੇ ਨਾਲ ਤੁਸੀਂ ਬਿਜ਼ਨਸ ਕਰਦੇ ਹੋ, ਐਂਡ ਹੌਲੀ ਹੌਲੀ ਉਹ ਕਰਕੇ ਤੁਹਾਡਾ ਬਿਜ਼ਨਸ ਗਰੋ ਹੋ ਜਾਂਦਾ ਵਾ, ਜਿਹਦੇ ਲਈ ਕਿ ਤੁਹਾਨੂੰ ਆਲਮੋਸਟ 7-8 ਸਾਲ ਆਪਣੇ ਜ਼ਿੰਦਗੀ ਦੇ ਦੇਣੇ ਪੈਂਦੇ ਆ। ਪਹਿਲਾਂ ਤਾਂ 5 ਸਾਲ ਤੁਹਾਨੂੰ PR ਲਈ ਦੇਣੇ ਪੈਣਗੇ, PR ਦੀ ਤੁਸੀਂ ਵੇਟ ਕਰਦੇ ਹੋ, ਕਿਸੇ ਕੋਲ ਕੰਮ ਕਰਦੇ ਹੋ, ਪੁਆਇੰਟ ਇਕੱਠੇ ਕਰਦੇ ਹੋ, PR ਅਪਲਾਈ ਕਰਦੇ ਹੋ, ਕਦੇ ਛੋਟੇ ਸ਼ਹਿਰ 'ਚ ਜਾਂਦੇ ਹੋ ਕਿ ਉੱਥੇ ਮੈਨੂੰ PR ਮਿਲ ਜੂਗੀ, ਫਿਰ ਤੁਸੀਂ ਕਹਿੰਦੇ ਹੁਣ ਮੈਂ ਵੱਡੇ ਸ਼ਹਿਰ 'ਚ ਜਾਵਾਂ, ਉੱਥੇ ਆ ਕੇ ਮੈਂ ਬਿਜ਼ਨਸ ਕਰੂੰਗਾ। ਇੱਦਾਂ ਹੀ ਜ਼ਿੰਦਗੀ ਦੇ ਤੁਸੀਂ 5-7 ਸਾਲ ਖਰਾਬ ਕਰ ਲੈਂਦੇ ਹੋ, ਪਰ ਮੇਰਾ ਕਹਿਣਾ ਇਹ ਹੈ ਜੀ ਉਹੀ 5-7 ਸਾਲ ਤੁਸੀਂ ਸ਼ੁਰੂਆਤ ਤੋਂ ਹੀ ਇੱਕ ਬਿਜ਼ਨਸ ਦੇ ਵਿੱਚ ਇਨਵੈਸਟ ਕਰੋ, ਐਂਡ ਐਵੇਂ ਤੁਹਾਡਾ ਰੈਕਡ ਵਧੀਆ ਹੁੰਦਾ ਜਾਵੇ, ਤੁਹਾਡਾ ਸਿਬਲ ਅੱਛਾ ਹੁੰਦਾ ਜਾਵੇ। ਤੁਹਾਨੂੰ ਬੈਂਕਾਂ ਇੱਥੇ ਵੀ ਲੋਨ ਦਿੰਦੀਆਂ ਨੇ, ਗੌਰਮੈਂਟ ਦੀਆਂ ਕਿੰਨੀਆਂ ਸਕੀਮਾਂ ਚੱਲਦੀਆਂ ਨੇ, ਕਿੰਨੀਆਂ ਬੈਂਕਾਂ ਨੇ ਜਿਹੜੀਆਂ ਤੁਹਾਨੂੰ ਲੋਨ ਦਿੰਦੀਆਂ ਨੇ, ਸੇਮ ਐਜ਼ ਕੈਨੇਡਾ, ਕੈਨੇਡਾ ਵੀ ਤੁਹਾਨੂੰ ਬੈਂਕ ਹੀ ਲੋਨ ਦਊਗਾ, ਇੰਡੀਆ ਦੇ ਵਿੱਚ ਵੀ ਤੁਹਾਨੂੰ ਬੈਂਕ ਲੋਨ ਦਊਗਾ। ਐਂਡ ਗੱਲ ਕੀ ਆ ਕਿ ਅਗਰ ਉੱਥੇ ਜਾ ਕੇ ਆਪਾਂ ਨੂੰ ਇਹ ਸਮਝ ਆ ਜਾਂਦੀ ਆ ਕਿ ਬੈਂਕ ਤੋਂ ਕਿੱਦਾਂ ਆਪਾਂ ਲੋਨ ਬੋਰੋ ਕਰਨਾ, ਕਿੱਦਾਂ ਆਪਣਾ ਬਿਜ਼ਨਸ ਇਨਵੈਸਟ ਕਰਨਾ, ਕਿਉਂ ਆਪਾਂ ਪੰਜਾਬ 'ਚ ਕਿਉਂ ਨਹੀਂ ਸਿੱਖ ਸਕਦੇ ਹੈਗੇ। ਅਗਰ ਕੋਈ ਬੰਦਾ ਕਹਿੰਦਾ ਯਾਰ ਮੈਂ ਜੋਬ ਨਹੀਂ ਕਰਨੀ ਜਾਂ ਮੈਂ ਇੰਡੀਆ 'ਚ ਨਹੀਂ ਰਹਿਣਾ, ਫਿਰ ਤੁਸੀਂ ਬਿਜ਼ਨਸ ਕਰੋ। ਅਗਰ ਕੋਈ ਬੰਦਾ ਕਹਿੰਦਾ ਕਿ ਮੈਂ ਕੰਮ ਹੀ ਕਰਨਾ ਵਾ, ਫਿਰ ਤੁਸੀਂ ਇੰਡੀਆ ਦੇ ਵਿੱਚ ਅੱਛੀ ਪੜ੍ਹਾਈ ਕਰਕੇ ਬਿਜ਼ਨਸ ਆਪਣਾ ਜੋਬ ਕਰੋ, ਜੋਬਾਂ ਕਰੋ, ਸਰਕਾਰੀ ਡਿਪਾਰਟਮੈਂਟ ਨੇ ਇੰਨੇ ਜ਼ਿਆਦਾ ਆਪਣੇ, ਹੁਣ ਪੰਜਾਬ ਦੇ ਵਿੱਚ ਬਾਹਰੋਂ ਲੋਕ ਆ ਕੇ ਸਰਕਾਰੀ ਡਿਪਾਰਟਮੈਂਟ ਦੇ ਵਿੱਚ ਬੈਠੇ ਨੇ, ਠੀਕ ਹੈ ਜੀ। ਬੈਂਕਿੰਗ ਦੀ ਗੱਲ ਕਰ ਲਈਏ, ਕੋਈ ਪੁਲਿਸ ਦੀ ਗੱਲ ਕਰ ਲਈਏ, ਜਾਂ ਕਿਸੇ ਵੀ ਫੀਲਡ 'ਚ ਗੌਰਮੈਂਟ ਜੋਬ ਦੀ ਗੱਲ ਕਰ ਲਈਏ, ਬਾਹਰਲੇ ਲੋਕ ਆ ਕੇ ਬੈਠੇ ਨੇ। ਮੈਨੂੰ ਕਈ ਲੋਕ ਇਹ ਕੁਐਸਚਨ ਕਰਦੇ ਨੇ ਕਿ ਯਾਰ ਨਹੀਂ ਉੱਧਰ ਵਧੀਆ ਵਾ, ਇੱਧਰ ਨਹੀਂ ਵਧੀਆ। ਮੈਂ ਉਹਨਾਂ ਨੂੰ ਕਹਿੰਦਾ ਕਿ ਜਾਓ ਯਾਰ, ਜਿੰਨਾ ਚਿਰ ਆਪਾਂ ਜਾਂਦੇ ਨਹੀਂ ਉਨਾ ਚਿਰ ਆਪਾਂ ਨੂੰ ਨਹੀਂ ਪਤਾ ਲੱਗਦਾ। ਮੈਨੂੰ ਵੀ ਇੱਦਾਂ ਹੀ ਸੀ ਕਿ ਬਾਹਰ ਸ਼ਾਇਦ ਕੁਛ ਡਿਫਰੈਂਟ ਕੁਛ ਚੱਲਦਾ ਪਿਆ ਵਾ। ਮੈਨੂੰ ਵੀ ਕਿਸੇ ਨੇ ਸਲਾਹ ਦਿੱਤੀ ਸੀ ਕਿ ਯਾਰ ਜਿਹੜਾ ਪੈਸਾ ਤੂੰ ਬਾਹਰ ਆਉਣ ਲਈ ਲਾਉਣਾ ਅਤੇ ਤੂੰ ਇੰਡੀਆ ਦੇ ਵਿੱਚ ਰਹਿ ਕੇ ਬਿਜ਼ਨਸ ਕਰ ਉਸ ਪੈਸਿਆਂ ਦਾ। ਮੈਂ ਵੀ ਸੋਚਿਆ ਕਿ ਨਹੀਂ ਯਾਰ, ਮੇਰਾ ਵੀ ਇੱਕ ਬਾਹਰ ਜਾਣ ਦਾ ਮਨ ਸੀਗਾ ਕਿ ਹਾਂਜੀ ਮੈਂ ਬਾਹਰ ਜਾਣਾ ਆ। ਸੋ ਕੁੱਲ ਮਿਲਾ ਕੇ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਤੁਹਾਨੂੰ ਜੀ, ਬਿਜ਼ਨਸ ਕਰੋ, ਇੰਡੀਆ ਦੇ ਵਿੱਚ ਰਹਿ ਕੇ ਬਿਜ਼ਨਸ ਕਰੋ। ਅੱਜ ਮੈਂ ਇੱਕ ਆਪਣਾ ਛੋਟਾ ਜਿਹਾ ਬਿਜ਼ਨਸ ਕਰ ਰਿਹਾ ਜਿਹਦੇ ਤੋਂ ਕਿ ਮੈਂ ਇੱਕ ਅੱਛਾ ਅਰਨ ਕਰਦਾ ਪਿਆ। ਹੁਣ ਗੱਲ ਕੀ ਸੀ, ਉੱਥੇ 2 ਸ਼ਿਫਟਾਂ ਲਾਉਣੀਆਂ ਸੀ, ਇੱਥੇ ਮੈਂ ਸੇਮ ਕਰਦਾ ਪਿਆ। ਸ਼ਾਮ ਨੂੰ ਮੈਂ ਆਪਣਾ 6 ਤੋਂ ਲੈ ਕੇ ਰਾਤੀ 11 ਵਜੇ ਤੱਕ ਮੈਂ ਆਪਣਾ ਬਿਜ਼ਨਸ ਰਨ ਕਰਦਾ ਪਿਆ, ਜੋ ਕਿ ਇੱਕ ਛੋਟੀ ਜਿਹੀ ਸਟਾਲ ਆ। ਅਤੇ ਬਿਜ਼ਨਸ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ। ਮੇਰੇ ਲਈ ਕੈਨੇਡਾ ਤੋਂ ਆ ਕੇ ਇੱਕ ਛੋਟੀ ਸਟਾਲ ਲਾਉਣਾ ਬਹੁਤ ਔਖਾ ਸੀਗਾ, ਲੇਕਿਨ ਇਹ ਆ ਕਿ ਮੈਂ 9-6 ਇਮੀਗ੍ਰੇਸ਼ਨ ਦੀ ਜੋਬ ਕਰਦਾ ਵਾਂ। ਮੈਂ ਬੱਚਿਆਂ ਨੂੰ ਦੱਸਦਾ ਹਾਂ ਕਿ ਕਿਹੜਾ ਕਾਲਜ ਤੁਹਾਡੇ ਲਈ ਚੰਗਾ ਆ, ਕਿਹੜਾ ਨਹੀਂ ਚੰਗਾ, ਐਂਡ ਉਹਦੇ ਵਿੱਚ ਪੈਸੇ ਵੀ ਅੱਛੇ ਆ, ਐਂਡ ਦੂਜਾ ਸ਼ਾਮ ਨੂੰ ਮੈਂ ਆਪਣਾ ਬਿਜ਼ਨਸ ਕਰਦਾ। ਸੋ ਸਾਰਿਆਂ ਨੂੰ ਇਹੀ ਬੇਨਤੀ ਹੈ ਜੀ ਕਿ ਤੁਸੀਂ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਰਹਿ ਕੇ ਹੀ ਬਿਜ਼ਨਸ ਕਰੋ। ਤੁਸੀਂ ਇੱਥੇ ਹੀ ਬਹੁਤ ਜ਼ਿਆਦਾ ਪੈਸੇ ਕਮਾ ਸਕਦੇ ਹੋ, ਕਾਮਯਾਬ ਹੋ ਸਕਦੇ ਹੋ। ਧੰਨਵਾਦ। ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ, ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ।